इकोनॉमिक्स ਦਾ ਬਾਹਰ ਤੁਸੀਂ ਸਮਝਦੇ ਹੋ ਕਿ ਮੈਂ ਇਹਦਾ ਕਿਉਂਕਿ ਮੈਂ ਕੀਤਾ ਵੀ ਹੈ ਇਕਨੋਮਿਕਸ ਨਾਲ ਮੈਂ ਗ੍ਰੈਜੂਏਸ਼ਨ ਆ ਮੈਨੂੰ ਕਾਫੀ ਇਕਨੋਮਿਕਸ ਦਾ ਹੋਇਆ ਸਭ ਤੋਂ ਵੱਡੀ ਗੱਲ ਜਿਹੜੀ ਹੈ ਇਸ ਬਜਟ ਦੀ ਕਿ ਬਜਟ ਦੇ ਵਿੱਚ ਜੋ ਕੁਝ ਇਹਨਾਂ ਨੇ ਕਿਹਾ ਵੀ ਅਸੀਂ ਦੇਣਾ ਹੈ ਉਹ ਸਾਰੇ ਕਾਸੇ ਨੂੰ ਜੇ ਬਜਟ ਦੇ ਵਿੱਚ ਅਸੀਂ ਚੰਗੀ ਤਰ੍ਹਾਂ ਧਿਆਨ ਨਾਲ ਦੇਖੀਏ ਤਾਂ ਸਭ ਤੋਂ ਵੱਡਾ ਇਹਨਾਂ ਦਾ ਜਿਹੜਾ ਇਹਨਾਂ ਨੇ ਜ਼ੋਰ ਲਾ ਕੇ ਕਿਹਾ ਵਾਰ ਵਾਰ ਕਿਹਾ ਵੀ ਐਗਰੀਕਲਚਰ ਨੂੰ ਅਸੀਂ ਦਿੱਤਾ ਹੁਣ ਐਗਰੀਕਲਚਰ ਨੂੰ ਜੋ ਇਹਨਾਂ ਦਿੱਤਾ ਹੈ ਉਹਦੇ ਚ ਇਹਨਾਂ ਆਪ ਹੀ ਮੰਨੀ ਜਾਂਦੇ ਨੇ ਵੀ 9330 ਕਰੋੜ ਦਾ ਇਹਨਾਂ ਦਾ ਬਿਜਲੀ ਚਲਾ ਜਾਣਾ ਬਿਜਲੀ ਫ੍ਰੀ ਦੇਣ ਚ ਸਵਾਲ ਇਹ ਹੈ ਕਿ ਐਗਰੀਕਲਚਰ ਦੀ ਡਾਇਵਰਸੀਫਿਕੇਸ਼ਨ ਵਾਸਤੇ ਜਿਹੜਾ ਕੁਝ ਦੇਣਾ ਸੀਗਾ ਉਹਦਾ ਬਹੁਤ ਥੋੜੀ ਅਮਾਉਂਟ ਹੈ ਉਹਦੇ ਚ ਹੋਰ ਬੜੀਆਂ ਗੱਲਾਂ ਨੇ ਉਹਦੇ ਚ ਡਾਇਵਰਸੀਫਿਕੇਸ਼ਨ ਦੇ ਵਿੱਚ ਜਿਹੜੇ ਐਗਰੀਕਲਚਰ ਇੰਪਲੀਮੈਂਟਸ ਨੇ ਉਹਨਾਂ ਇੰਪਲੀਮੈਂਟਸ ਦੇ ਉੱਤੇ ਸਬਸਿਡੀ ਚ ਬਹੁਤ ਕੁਝ ਚਲਾ ਜਾਣਾ ਹੈ ਉਹ ਐਗਰੀਕਲਚਰ ਦਾ ਜਿਹੜਾ ਇੰਪਲੀਮੈਂਟਸ ਦੇ ਵਿੱਚ ਸਬਸਿਡੀ ਚ ਜਾਣਾ ਹੈ ਉਹ ਕਿਸਾਨ ਕੋਲੇ ਨਹੀਂ ਪਹੁੰਚਣਾ ਇਹ ਨੋ ਡਾਊਟ ਇਨਡਾਇਰੈਕਟਲੀ ਜਾਊਗਾ ਕਿਸਾਨ ਕੋਲੇ ਲੇਕਿਨ ਡਾਇਵਰਸੀਫਿਕੇਸ਼ਨ ਜਿਹੜੀ ਹੈ ਫਸਲਾਂ ਦੀ ਉਹਦੇ ਉੱਤੇ ਅਸੀਂ ਜਿਹੜਾ ਜ਼ੋਰ ਦੇਣਾ ਚਾਹੁੰਦੇ ਹਾਂ ਵਾਰ ਵਾਰ ਅਸੀਂ ਕਹਿਣਾ ਚਾਹੁੰਦੇ ਹਾਂ ਉਹਦੇ 'ਚ ਕੋਈ ਫਾਇਦਾ ਨਹੀਂ ਹੋਣ ਲੱਗਿਆ ਕਿਉਂਕਿ ਡਾਇਵਰਸੀਫਿਕੇਸ਼ਨ ਵਾਸਤੇ ਜਿਹੜੀ ਯੂਨੀਵਰਸਿਟੀ ਹੈ ਉਹਨੂੰ ਬੜੇ ਥੋੜੇ ਪੈਸੇ ਦਿੱਤੇ ਗਏ ਨੇ ਕਿਉਂਕਿ ਡਾਇਵਰਸੀਫਿਕੇਸ਼ਨ ਯੂਨੀਵਰਸਿਟੀਆਂ ਜਿਹੜੀਆਂ ਕੋਈ ਨਵੀਆਂ ਕੱਢਾਂ ਕੱਢਣੀਆਂ ਨਵੇਂ ਖੋਜ ਕੱਢਣੀਆਂ ਜਾਂ ਨਵੀਂ ਕੋਈ ਚੀਜ਼ ਕੱਢਣੀਆਂ ਤਾਂ ਹੀ ਹੋਊਗਾ ਨਾ ਤਾਂ ਹੀ ਡਾਇਵਰਸੀਫਿਕੇਸ਼ਨ ਵਾਲੇ ਲੋਕ ਜਾਣਗੇ ਉੱਥੇ ਯੂਨੀਵਰਸਿਟੀ ਨੂੰ ਇਹਨਾਂ ਨੇ ਬੜਾ ਥੋੜਾ ਪੈਸਾ ਦਿੱਤਾ ਔਰ ਮੈਂ ਸਮਝਦਾ ਬਹੁਤ ਹੀ ਥੋੜਾ ਪੈਸਾ ਉਹ ਅਗਲੀ ਗੱਲ ਕੀ ਹੈ ਕਿ ਜਿਹੜਾ ਡਾਇਵਰਸੀਫਿਕੇਸ਼ਨ ਵਾਸਤੇ ਸਾਨੂੰ ਵਧੀਆ ਸੀਡਸ ਦੀ ਲੋੜ ਹੈ ਖਾਦਾਂ ਦੀ ਲੋੜ ਹੈ ਜਾਂ ਕੋਈ ਉਹਨਾਂ ਦੀ ਚੀਜ਼ ਲੋੜ ਹੈ ਖਾਸ ਕਰਕੇ ਸਾਨੂੰ ਸਪਰੇ ਰੇ ਸਪਰੇ ਜਿਹੜੇ ਨੇ ਸਪਰੇ ਖਾਸ ਕਰਕੇ ਡਾਇਵਰਸੀਫਿਕੇਸ਼ਨ ਦੇ ਵਿੱਚ ਖਾਸ ਕਰਕੇ ਕਾਟਨ ਬੈਲਟ ਇਹਨਾਂ ਨੇ ਜ਼ਿਕਰ ਵੀ ਕੀਤਾ ਹੈ ਇਹਨਾਂ ਦੇ ਮਿਨਿਸਟਰ ਨੇ ਕਿ ਕਾਟਨ ਮੈਂ ਇੱਕ ਇਹਨਾਂ ਨੇ ਹੋਰ ਬੜੀ ਵਧੀਆ ਗੱਲ ਕਹੀ ਸੀ ਜਿਹੜੀ ਕਹੀ ਹੈ ਉਹ ਕਹਿੰਦੇ ਵੀ ਅਸੀਂ ਇਰੀਗੇਸ਼ਨ ਤੇ ਬੜੇ ਪੈਸੇ ਲਾ ਰਹੇ ਹਾਂ ਇਰੀਗੇਸ਼ਨ ਦੀਆਂ ਦੋ ਸਕੀਮਾਂ ਨੇ ਇੱਕ ਸਕੀਮ ਨੂੰ ਆਦੇ ਵੱਲੀ ਕਰਕੇ ਦੱਸ ਰਹੇ ਨੇ ਜਿਹੜੀ ਮੇਨ ਸਕੀਮ ਹੈ ਇਰੀਗੇਸ਼ਨ ਦੀ ਉਹ ਵਰਲਡ ਬੈਂਕ ਦੀ ਹੈ ਵਰਲਡ ਬੈਂਕ ਜਿਹੜਾ ਹੈ ਉਹ ਤੁਹਾਨੂੰ ਜਿਹੜੀ ਚੈਨਲਾਈਜੇਸ਼ਨ ਕਰਨੀ ਹੈ ਤੁਸੀਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਲਿਜਾਣਾ ਹੈ ਉਹ ਵਰਲਡ ਬੈਂਕ ਪੈਸਾ ਦੇ ਰਿਹਾ ਉਹ ਕਰਜ਼ਾ ਹੈ ਇੱਕ ਤਰ੍ਹਾਂ ਦਾ ਉਹ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਉਹਨਾਂ ਨੂੰ ਦਿੱਤੇ ਜਾਂਦੇ ਨੇ ਪਾਈਪਲਾਈਨਾਂ ਪਾਉਣ ਵਾਸਤੇ ਹੋਰ ਕਰਨ ਵਾਸਤੇ ਉਹ ਵਰਲਡ ਬੈਂਕ ਦਾ ਪੈਸਾ ਹੈ ਡਾਇਵਰਸੀਫਿਕੇਸ਼ਨ ਦੇ ਵਿੱਚ ਵੀ ਆਇਆ ਉਹ ਵਰਲਡ ਬੈਂਕ ਵੈਸੇ ਵੀ ਵਾਟਰ ਜਿਹੜੀ ਵਾਟਰ ਨੂੰ ਸਾਂਭਣ ਸਾਂਭ ਸੰਭਾਈ ਵਾਸਤੇ ਵੀ ਉਹ ਪੈਸਾ ਉੱਥੋਂ ਆਉਂਦਾ ਉਹਨੂੰ ਤੁਸੀਂ ਆਪਦਾ ਕਹਿ ਕੇ ਦੱਸ ਰਹੇ ਹੋ ਇਹ ਗੱਲ ਵੱਖਰੀ ਹੈ ਚਲੋ ਹਰੇਕ ਸਾਰੀਆਂ ਸਰਕਾਰਾਂ ਹੀ ਇਦਾਂ ਕਰਦੀਆਂ ਰਹੀਆਂ ਨੇ ਇਹਨਾਂ ਨੇ ਵੀ ਉਦਾਂ ਕੀਤਾ ਜਿਹੜੀ ਅਗਲੀ ਗੱਲ ਹੈ ਵਾਲੀ ਇਹ ਸਭ ਤੋਂ ਵੱਡੀ ਗੱਲ ਸਿਹਤ ਸੇਵਾਵਾਂ ਵਾਸਤੇ ਇਹਨਾਂ ਨੇ ਕਿਹਾ ਵੀ 52.64 ਕਰੋੜ ਰੁਪਇਆ ਰੱਖਿਆ ਇਹਨਾਂ ਨੇ ਟੋਟਲ ਹੁਣ ਸਵਾਲ ਇਹ ਹੈ ਵਾਲੀਆ ਸਾਹਿਬ ਇਹਨਾਂ ਨੇ ਪਿੱਛੇ ਜੇ ਕਿਹਾ ਸੀ ਵੀ ਅਸੀਂ ਇੰਨੇ ਹਸਪੀਟਲ ਖੋਲ ਰਹੇ ਹਾਂ ਉਹਨਾਂ 'ਚ ਮੈਨੂੰ ਤਾਂ ਨਹੀਂ ਲੱਗਾ ਕੋਈ ਇੱਕ ਵੀ ਖੁੱਲਿਆ ਹੋਵੇ ਕੋਈ ਜਾਂ ਇੱਕ ਵੀ ਚਾਲੂ ਹੋਇਆ ਹੋਵੇ ਹਸਪੀਟਲ ਜਿਹੜੇ ਨੇ ਉਹ ਪੁਰਾਣੇ ਹਸਪੀਟਲਾਂ ਨੂੰ ਜੋ ਮਰਜ਼ੀ ਕੀਤਾ ਇਹਨਾਂ ਨੇ ਕੋਈ ਉਹਦੇ ਪੇਂਟ ਕਰਕੇ ਕਰ ਲਿਆ ਜਾਂ ਉਹਨੂੰ ਨਵਾਂ ਬਣਾ ਕੇ ਕਰ ਲਿਆ ਉਹਨੂੰ ਉਹ ਕਰ ਲਿਆ ਲੇਕਿਨ ਜਿਹੜੇ ਮੇਨ ਹਸਪੀਟਲਸ ਨੇ ਜਿਨ੍ਹਾਂ 'ਚ ਲੋਕਾਂ ਦਾ ਅਸਲ ਇਲਾਜ ਕੀਤਾ ਜਾ ਸਕਦਾ ਉਹ ਨਹੀਂ ਹੈਗੇ ਇਹਨਾਂ ਨੇ ਪਿੱਛੇ ਜੇ ਇੱਕ ਇੰਟਰਵਿਊ ਰੱਖੀ ਸੀ ਡਾਕਟਰਾਂ ਦੀ ਇਹਨਾਂ ਨੂੰ ਪੂਰੇ ਡਾਕਟਰ ਨਹੀਂ ਮਿਲ ਸਕੇ ਸਵਾਲ ਇਹ ਹੈ ਵੀ ਸਾਡਾ ਸਭ ਤੋਂ ਜ਼ਿਆਦਾ ਜਿਹੜਾ ਬਜਟ ਦੇ ਵਿੱਚ ਸਾਡਾ ਦਬਾਅ ਹੋਣਾ ਚਾਹੀਦਾ ਸੀ ਉਹ ਸਾਡੇ ਜਿਹੜੇ ਮੈਡੀਕਲ ਐਜੂਕੇਸ਼ਨ ਹੈ ਉਹਦੇ ਵਾਸਤੇ ਰੱਖਣਾ ਚਾਹੀਦਾ ਸੀ ਉਹਦੇ ਵਾਸਤੇ ਪੈਸਾ ਬਹੁਤ ਘੱਟ ਰੱਖਿਆ ਇਹਨਾਂ ਨੇ ਹੁਣ ਵੀ ਇਸ ਬਜਟ ਵਿੱਚ ਬੜਾ ਘੱਟ ਰੱਖਿਆ ਕਿਉਂਕਿ ਮੈਡੀਕਲ ਐਜੂਕੇਸ਼ਨ ਤੋਂ ਬਾਅਦ ਤੁਸੀਂ ਡਾਕਟਰ ਪੈਦਾ ਕਰ ਸਕੋਗੇ ਇਸ ਤੋਂ ਬਿਨਾਂ ਵਾਲੇ ਸਾਹਿਬ ਜਿਹੜਾ ਇਹ ਹੁਣ ਮੈਂ ਚੱਲ ਤੇ ਬੜਾ ਹੈਰਾਨ ਹਾਂ ਕਿ ਮੁਫਤ ਦੀ ਗੱਲ ਕਰੀ ਜਾਂਦੇ ਨੇ ਹੁਣ ਜਿਹੜਾ 1000 ਰੁਪਇਆ ਦੇਣਾ ਸੀ ਇਹਨਾਂ ਨੇ ਬੀਬੀਆਂ ਨੂੰ ਉਹ ਇਹਨਾਂ ਨੇ ਟਾਲ ਲਿਆ ਇਹ ਚਾਹੁੰਦੇ ਨੇ ਵੀ ਚਲੋ ਅੱਗੇ ਵਰਤ ਲਾਂਗੇ ਇਸ ਨੂੰ ਕਰਕੇ ਦੇਖ ਲਾਂਗੇ ਉਹ ਦੇਖੋ ਜੇ ਜ਼ਿਆਦਾ ਤੁਸੀਂ ਵਾਅਦੇ ਨਾ ਕਰੋ ਜੇ ਤੁਸੀਂ ਵਾਅਦਾ ਕਰ ਲਿਆ ਤਾਂ ਉਹਨੂੰ ਨਿਭਾਉਣ ਦੀ ਕੋਸ਼ਿਸ਼ ਕਰੋ ਅਗਲੀ ਗੱਲ ਇੱਕ ਮੈਨੂੰ ਇਹ ਸਾਰੇ ਕਾਸੇ 'ਚ ਅੱਜ ਮੈਂ ਆਪਣੇ ਮੰਤਰੀ ਜੀ ਦਾ ਭਾਸ਼ਣ ਵੀ ਸੁਣ ਰਿਹਾ ਸੀਗਾ ਇੱਕ ਸ਼ਬਦ ਦੀ ਬੜੀ ਤਿੱਖੀ ਵਰਤੋਂ ਕਰਦੇ ਨੇ ਮੁਫਤ ਬਿਜਲੀ ਮੁਫਤ ਬੱਸ ਸਹੂਲਤ ਇਹ ਮੈਨੂੰ ਨਹੀਂ ਸਮਝ ਲੱਗੀ ਕਿ ਮੁਫਤ ਮੁਫਤ ਕਿਵੇਂ ਕਰੀ ਜਾਂਦੇ ਨੇ ਮੁਫਤ ਮੁਫਤ ਕੋਈ ਜੇਬਾਂ 'ਚੋਂ ਦਿੰਦੇ ਨੇ ਇਹਨਾਂ ਦੀ ਕੋਈ ਆਪਦੀਆਂ MLA ਆਪਦੀਆਂ ਪ੍ਰਾਪਰਟੀਆਂ ਵੇਚ ਵੇਚ ਕੇ ਪੈਸੇ ਦੇ ਰਹੇ ਨੇ ਇਹ ਇਕੱਲੀ ਮੈਂ ਇਹਨਾਂ ਦੀ ਗੱਲ ਹੀ ਕਰਦਾ ਆਮ ਆਦਮੀ ਪਾਰਟੀ ਦੀ ਤੇ ਕਾਂਗਰਸ ਵੀ ਇਹੀ ਕਰਦੀ ਹੈ ਅਕਾਲੀ ਦਲ ਵੀ ਇਹੀ ਕਰਦਾ ਔਰ ਇਹ ਕੀ ਹੈ ਲੋਕਾਂ ਨਾਲ ਇੱਕ ਜਗਲਣ ਹੀ ਕਰਦੇ ਨੇ ਇੱਕ ਤਮਾਸ਼ਾ ਪਾਉਂਦੇ ਨੇ ਲੋਕਾਂ ਅੱਗੇ ਵੀ ਅਸੀਂ ਤੁਹਾਨੂੰ ਮੁਫਤ ਦੇ ਰਹੇ ਹਾਂ ਐਕਚੁਅਲੀ ਮੁਫਤ ਨਹੀਂ ਹੈ ਜਿਹੜਾ ਸਾਡੇ ਸਿਰ ਕਰਜ਼ਾ ਚੜ ਰਿਹਾ ਹੈ ਜਿਹੜਾ ਸਾਡੇ ਸਿਰ ਹਰ ਸਾਲ ਹੁਣ ਤੁਸੀਂ ਇਹਨਾਂ ਦੇ 70,000 ਕਰੋੜ ਲਾ ਲਓ ਤੁਸੀਂ ਇਹ ਕਰਜ਼ਾ ਸਿਰਫ ਇਸੇ ਕਰਕੇ ਚੜਿਆ ਨਾ ਵੀ ਜੇ ਸਾਡੇ ਸਾਧਨ ਜਿਹੜੇ ਨੇ ਉਹ ਘੱਟ ਨੇ ਸਾਧਨਾਂ ਬਾਰੇ ਦੱਸਣਾ ਨਹੀਂ ਚਾਹੁੰਦੇ ਸਾਧਨਾਂ ਦੀ ਇਹ ਗੱਲ ਨਹੀਂ ਕਰਦੇ ਵੀ ਸਾਧਨ ਕਿੱਥੋਂ ਨੇ ਕਿਵੇਂ ਅਸੀਂ ਆਮਦਨ ਵਧਾਵਾਂਗੇ ਅਗਲੀ ਗੱਲ ਵਾਲੇ ਸਾਹਿਬ ਬਾਕੀ ਦਾ ਛੱਡੋ ਇਹਨਾਂ ਨੇ ਆਪ ਕਿਹਾ ਸੀਗਾ ਜਦੋਂ ਇਲੈਕਸ਼ਨ ਦੇ ਵਿੱਚ
कि 30,000 करोड़ तो सानू भी तो 30,000 करोड़ तो सानू कले रेते चो आजूगा। ये दसता दें अच की बजट च भी असी रेते चो इनी कमाई की है, इन्ने पैसे सानू आए ने, इन्ने गांह आने गए, वो भी दस्या। मैं इन्हों की गल ही करता आम आदमी पार्टी की, सारिया सरकार ने यह किया, सारिया सरकार समझदियां कि लोग हाले तक क्योंकि एजुकेशन इदा की हाले तक थले पब्लिक च वो इस गल नू समझ नहीं सकते कि मुफ्त कुछ नहीं है सानू। ये भेडा वाली गल है कि भेड़ में ऐ लगता शायद हो ला के उन्न उसे बुन देंगे ने तो कह देखो जी असं थोड़ू करके दिता है करना लाना तो इन्होंने पोलीटल बंद ने की होंगे वह बिल्कुल बजट भी ऐत के जो बजट है मैंने तो हैरानगी इस गल की है कि एक भी जगह पर इन्होंने ये कोशिश नहीं की कि असी इतों साड़ी इनकम जी है असी जनरेट करा आ इनकम साड़ी इतों आऊगी क्योंकि उन्हें कारण की सी जो इनकम दस दे तो फिर यह डेफिसिट वड्डा होना सी जो डेफिसिट वड्डा होना सीगा तो वास्ते इन्हों फिर कहना पैना सी असी इन्ना कर्जा लवाना।